ਬਠਿੰਡਾ ਦੇ ਬਲਰਾਜ ਨਗਰ ਵਾਸੀਆਂ ਦਾ ਜ਼ਮੀਨੀ ਵਿਵਾਦ ਇੰਨਾ ਵੱਧ ਗਿਆ ਕਿ ਥਾਣੇ ਦੇ ਅੰਦਰ ਵੀ ਥਾਣਾ ਮੁਖੀ ਇਸ ਨੂੰ ਸੰਭਾਲਣ ਦੇ ਵਿੱਚ ਅਸਮਰੱਥ ਨਜ਼ਰ ਆਏ, ਜਿਸ ਦੇ ਚਲਦੇ ਇਹਨਾਂ ਲੋਕਾਂ ਦੇ ਵੱਲੋਂ ਔਰਤਾਂ ਨੂੰ ਵੀ ਥਾਣੇ ਦੇ ਅੰਦਰ ਅਪਸ਼ਬਦ ਬੋਲੇ ਗਏ ਨੇ। ਜਦੋਂ ਇਸ ਸੰਬੰਧੀ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਥਾਣਾ ਮੁਖੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਮੁਖੀ ਹਰਨੇਕ ਸਿੰਘ ਨੂੰ ਪੂਰੇ ਮਾਮਲੇ ਦਾ ਹੀ ਨਹੀਂ ਪਤਾ ਸੀ, ਇੱਥੋਂ ਤੱਕ ਕਿ ਉਹਨਾਂ ਨੂੰ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਨਾਮ ਵੀ ਨਹੀਂ ਪਤਾ ਸੀ। ਇੱਕ ਪਾਸੇ ਤਾਂ ਥਾਣੇ ਦੇ ਅੰਦਰ ਹੰਗਾਮਾ ਹੁੰਦਾ ਰਿਹਾ, ਪਰ ਦੂਜੇ ਪਾਸੇ ਥਾਣਾ ਮੁਖੀ ਕਿਸੇ ਪ੍ਰਾਈਵੇਟ ਕੰਮ ਦੇ ਲਈ ਆਪਣੀ ਗੱਡੀ ਕੱਢ ਕੇ ਥਾਣੇ ਤੋਂ ਚਲੇ ਗਏ। ਮੈਂ ਜੀ ਤੁਹਾਡਾ ਮੇਰਾ ਨਾਮ ਰੁਪਿੰਦਰ ਕੌਰ ਹੈ ਜੀ, ਬਲਰਾਜ ਨਗਰ ਗਲੀ ਨੰਬਰ 1 ਦੇ ਅਸੀਂ ਰਹਿਣ ਵਾਲੇ ਹਾਂਗੇ। ਮੇਰੇ ਮੁਹੱਲੇ 'ਚ ਕੋਈ ਜਗ੍ਹਾ ਦੇ ਨਾਂ ਤੇ ਕੋਈ ਮੈਟਰ ਸੀਗਾ, ਅਸੀਂ ਸਾਂਝੇ ਤੌਰ ਤੇ ਮੋਤਬਾਰ 5-7 ਜਣੇ, ਜਿਹਦੇ 2-4 ਅਸੀਂ ਲੇਡੀਜ਼ ਅਸੀਂ ਆਏ ਸੀ। ਅਸੀਂ ਬਾਹਰ ਨਿਕਲ ਕੇ ਅੰਦਰੋਂ ਅੰਚਾਰ ਸਾਹਿਬ ਦੇ ਰੂਮ ਤੋਂ ਅਸੀਂ ਬਾਹਰ ਨਿਕਲ ਕੇ ਅਸੀਂ ਆਪਦੀ ਗੱਲ ਕਰ ਰਹੇ ਸੀ ਵੀ ਇਹ ਮੈਟਰ ਕਿਵੇਂ ਸੁਲਝਾਇਆ ਜਾਵੇ। ਉਹਨਾਂ ਦੇ ਵਿੱਚੋਂ ਇੱਕ ਕੋਈ ਦੂਜੀ ਪਾਰਟੀ ਦੇ ਵਿੱਚੋਂ ਜਿਹੜਾ ਇੱਕ ਬੰਦਾ ਆਇਆ ਗਾ, ਉਹ ਸਾਨੂੰ ਬਾਹਰ ਨਿਕਲ ਕੇ ਅਸੀਂ ਆਪਣੀ ਗੱਲ ਕਰ ਰਹੇ ਹਾਂ, ਕਹਿੰਦਾ ਤੁਸੀਂ ਠੱਗੋ ਠੱਗੀਆਂ ਮਾਰਦੇ ਹੋ। ਮੈਂ ਉਹਨੂੰ ਇਹੀ ਬੋਲਿਆ ਵੀ ਅੰਕਲ ਅਸੀਂ ਤੁਹਾਨੂੰ ਨਹੀਂ ਕਹਿ ਰਹੇ ਅਸੀਂ ਗੱਲ ਕਰਦੇ ਹਾਂ। ਉਹ ਕਹਿੰਦਾ ਕਿ ਚਲੋ ਚਲੋ ਮੈਂ ਜਾਣਦਾ ਤੁਹਾਡੇ ਵਰਗੀਆਂ ਲੰਡਰਾਂ ਹੀ ਇਹ ਥਾਣਿਆਂ 'ਚ ਆਉਂਦੀਆਂ ਨੇ ਅਤੇ ਭਲੀਆਂ ਮਾਨਸਾਂ ਨਹੀਂ ਆਉਂਦੀਆਂ, ਕਿਉਂਕਿ ਜੇ ਸਾਨੂੰ ਚੌਂਕੀਆਂ 'ਚ ਆ ਕੇ ਸਾਡੀ ਇਸ ਤਰ੍ਹਾਂ ਬੇਇੱਜ਼ਤੀ ਹੋਣੀ ਆ ਤਾਂ ਫਿਰ ਸਾਨੂੰ ਬਾਹਰ ਇਨਸਾਫ਼ ਕੀਤੇ। ਸਾਡੀ ਇਹੀ ਮੰਗ ਹੈ ਵੀ ਜਿਹੜੇ ਬੰਦੇ ਨੇ ਸਾਨੂੰ ਗਲਤ ਬੋਲਿਆ ਉਹ 'ਤੇ ਪਰਚਾ ਦਰਜ ਹੋਵੇ, ਸਾਨੂੰ ਇਨਸਾਫ਼ ਦਵਾਇਆ ਜਾਵੇ। ਕੀ ਨਾਮ ਹੈ ਉਸ ਬੰਦੇ ਦਾ? ਉਹ ਅਸੀਂ ਨਹੀਂ ਜਾਣਦੇ, ਨਾ ਉਹ ਜਿਹੜੀ ਭਗਤੇ ਦੀ ਪਾਰਟੀ ਆਈ ਉਹ ਜਾਣਦੇ, ਕੋਈ ਚੇਅਰਮੈਨ ਆ ਉਹਨਾਂ ਦੇ ਨਾਲ ਆਏ ਹੈਗੇ, ਤਾਂ ਅਸੀਂ ਨਾ ਨਹੀਂ ਜਾਣਦੇ ਬੰਦੇ ਦਾ। ਕਿਸੇ ਪਾਰਟੀ ਨਾਲ ਸੰਬੰਧਿਤ ਉਹ? ਨਹੀਂ, ਸਾਨੂੰ ਇਹ ਵੀ ਨਹੀਂ ਪਤਾ ਵੀ ਕਿਸੇ ਪਾਰਟੀ ਨਾਲ ਸੰਬੰਧਿਤ ਹੈਗਾ। ਪੁਲਿਸ ਨਾਲ ਗੱਲਬਾਤ ਕੀਤੀ? ਅਸੀਂ ਰੌਲਾ ਪਾਇਆ ਅੰਚਾਰ ਸਾਹਿਬ ਕੋਲੇ ਗਏ ਸੀ, ਉਹਨਾਂ ਨੇ ਉਹਨਾਂ ਨੂੰ ਅੰਦਰ ਉੱਥੇ ਚਲੋ ਬਿਠਾ ਕੇ ਉਹਨਾਂ ਨੂੰ ਸਮਝਾਇਆ ਜਾਂ ਗੱਲ ਕਰੀ ਅਸੀਂ, ਔਰ ਸਾਨੂੰ ਨਹੀਂ ਕੋਈ ਪਤਾ। ਅਸੀਂ ਉਦੋਂ ਬਾਅਦ ਨਾ ਉਹਨਾਂ ਨੂੰ ਅਸੀਂ ਕੁਛ ਕਿਹਾ, ਅਸੀਂ ਜਾ ਕੇ ਆਪਦਾ ਬਾਹਰ ਬੈਠ ਗਏ ਹਾਂਗੇ। ਬਸ ਹੁਣ ਸਾਡੀ ਮੰਗ ਇਹੀ ਹੈ ਵੀ ਜਿਹੜਾ ਬੰਦੇ ਨੇ ਸਾਨੂੰ ਇੱਥੇ ਪ੍ਰਸ਼ਾਸਨ ਤੇ ਅਸੀਂ ਚੌਂਕੀ ਦੇ ਵਿੱਚ ਖੜੇ ਹਾਂ, ਅਸੀਂ ਮੋਤਬਰ ਬੰਦੇ ਤੌਰ ਤੇ ਅਸੀਂ ਆਏ ਹਾਂਗੇ, ਸਾਡੀ ਇੱਥੇ ਬੇਇੱਜ਼ਤੀ ਕਰਦੇ ਹੈਗੇ, ਤਾਂ ਅਸੀਂ ਭੈਣਾਂ ਭਾਈਆਂ ਵਾਂਗੂ ਅਸੀਂ ਥਾਣੇ ਚੌਂਕੀ, ਅਸੀਂ ਰਾਤ ਨੂੰ ਵੀ ਆਉਣਾ, ਜਿਹੜੇ ਵੀ ਆਉਣਾ, ਕੰਮ ਧੰਦੇ ਆਉਣੇ ਆ, ਤੇ ਸਾਡੀ ਕੋਈ ਇੱਥੇ ਆ ਕੇ ਬੇਇੱਜ਼ਤੀ ਕਰਦਾ, ਸਾਨੂੰ ਗਲਤ ਬੋਲਦਾ ਹੈਗਾ, ਤੇ ਸਰ ਉਹਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਵੀ ਬੰਦੇ ਨੇ ਸਾਡੀ ਮੇਰੀ ਬੇਇੱਜ਼ਤੀ ਕੀਤੀ ਹੈ ਜਾਂ ਮੇਰੇ ਨਾਲ ਦਿਆਂ ਦੀ। ਬਸ ਕੀ ਮਾਮਲਾ ਸੀ ਸਰ? ਅਸੀਂ ਜਗ੍ਹਾ ਲਈ ਸੀ ਬਲਰਾਜ ਨਗਰ 'ਚ, ਕਿਸੇ ਤੋਂ ਕਬਜ਼ਾ ਲਿਆ ਸੀਗਾ ਜਿਹੜੇ ਬੰਦੇ ਨੇ ਕੋਰਟ ਦਾ, ਠੀਕ ਹੈ ਜੀ। ਉਹ ਬੰਦਾ ਸੁਖਮੰਦਰ ਸਿੰਘ ਸੀਗਾ ਜੀ, ਉਹ ਤੋਂ ਅਸੀਂ ਜਗ੍ਹਾ ਲਈ ਸੀ ਜੀ, ਉਹਦੇ 'ਤੇ ਅਸੀਂ ਆਪਦਾ ਘਰ ਬਣਾਇਆ ਜੀ, ਉਹ 'ਚ ਮੀਟਰ ਵੀ ਸਾਡਾ ਲੱਗਿਆ ਹੋਇਆ ਜੀ। ਹੁਣ ਤੀਜੀ ਪਾਰਟੀ ਕੋਈ ਭਗਤੇ ਤੋਂ ਹੈ ਜੀ, ਕੋਈ ਚੇਅਰਮੈਨ ਹੈ, ਉਹਨਾਂ ਦਾ ਨਾਮ ਮੈਨੂੰ ਨਹੀਂ ਪਤਾ, ਅਤੇ ਉਹ ਹੁਣ ਆ ਕੇ ਕਹਿੰਦੇ ਜੀ ਵੀ ਇਹ ਜਗ੍ਹਾ ਸਾਡੀ ਆ, ਅਤੇ ਇਸ ਦੇ ਬਾਵਜੂਦ ਉਹ ਸਾਨੂੰ ਪਹਿਲਾਂ ਧਮਕਾਉਂਦੇ ਰਹੇ ਜੀ। ਉਸ ਤੋਂ ਬਾਅਦ ਅਸੀਂ ਅੱਜ ਇੱਥੇ ਆਏ ਸੀਗੇ ਜੀ ਕੋਤਵਾਲੀ 'ਚ ਵਰਧਮਾਨ 'ਚ ਜੀ, ਅਤੇ ਇੱਥੇ ਹੁਣ ਜੀ ਪੈ ਸਾਡੇ ਜੋ ਲੇਡੀਜ਼ ਸਾਡੇ ਨਾਲ ਆਏ, ਸਾਡੇ ਆਂਟੀ ਆਏ ਸੀ ਜੀ, ਵੱਡੇ ਬਜ਼ੁਰਗ ਆਏ ਸੀਗੇ, ਅਤੇ ਉਹਨਾਂ ਨੂੰ ਜੀ ਉਹਨਾਂ ਦਾ ਇੱਕ ਬੰਦਾ ਸੀਗਾ ਨਾਲ ਦਾ ਜੀ, ਉਹਨਾਂ ਨੇ ਗਲਤ ਬੋਲਿਆ ਜੀ, ਅਤੇ ਲੇਡੀਜ਼ ਨੂੰ ਤਾਂ ਇੰਨਾ ਹੀ ਗਲਤ ਬੋਲੇ, ਮੈਂ ਹੁਣ ਤੁਹਾਨੂੰ ਤਾਂ ਕੀ ਦੱਸਾਂ, ਹੈ ਨਾ ਜੀ। ਚਲੋ, ਅਤੇ ਮੈਨੂੰ ਤਾਂ ਐਂ ਵੀ ਲੱਗਦਾ ਜੀ, ਮੈਂ ਉਹਦੇ ਪੈਗ ਪੁੱਗ ਵੀ ਲੱਗਿਆ ਸੀ, ਅਤੇ ਹੁਣ ਉਹ ਚਲੇ ਗਏ ਜੀ, ਅਤੇ ਬਾਕੀ ਮਾਮਲਾ ਹੁਣ ਥਾਣੇ ਦੇ ਵਿੱਚ। ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਹਾਲੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜੀ, ਪੁਲਿਸ ਨੂੰ ਇਹ ਕਿਹਾ ਸੀਗਾ ਜੀ, ਪੁਲਿਸ ਨੇ ਟਾਈਮ ਦਿੱਤਾ ਜੀ, ਕਹਿੰਦੇ ਵੀ ਉਹ ਜਿਹੜਾ ਬੰਦਾ ਤੀਜੇ ਬੰਦੇ ਨੂੰ ਜਿਹੜਾ ਸੁਖਮੰਦਰ ਸਿੰਘ ਹੈ ਜੀ, ਉਹਨੂੰ ਤੁਸੀਂ ਲੈ ਕੇ ਆਓ, ਅਤੇ ਵੀ ਅਸੀਂ ਨਹੀਂ ਲੈ ਕੇ ਆਉਂਦੇ, ਤੁਸੀਂ ਲੈ ਕੇ ਆਓ, ਅਤੇ ਫਿਰ ਇੱਥੇ ਮਾਮਲਾ। ਕਿੰਨੀ ਜਗ੍ਹਾ? ਉਹ 50 ਗਜ ਹੈ ਜੀ। ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ? ਸਾਡੇ ਕੋਲ ਜੀ 6 ਮਿੰਟ ਤਾਂ ਸਾਨੂੰ ਪਾਉਣ 'ਤੇ ਲੱਗ ਗਏ ਜੀ, ਅਤੇ 1.5 ਸਾਲ ਹੋ ਗਿਆ ਜੀ। ਰਹਿਸ਼ ਸੀ ਤੁਹਾਡੀ ਉੱਥੇ? ਹਾਂਜੀ, ਸਾਡੇ ਕਿਰਾਏਦਾਰ ਬੈਠੇ। ਹਾਂ, ਕਿੰਨੇ ਪੈਸੇ 'ਚ ਲਈ ਸੀ? 130,000 'ਚ ਲਈ ਸੀ ਜੀ ਉਹ, ਅਤੇ ਉਸ ਤੋਂ ਬਾਅਦ ਪਾਇਆ ਉਹਨੂੰ ਜੀ, ਮੀਟਰ ਵਗੈਰਾ ਲੱਗਿਆ ਸਾਡਾ ਆਪਦਾ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਵੀ ਜਿਹੜੇ ਬੰਦੇ ਆ ਕੇ ਸਾਨੂੰ ਤੰਗ ਕਰਦੇ ਆ ਜੀ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਜੀ। ਕੁਲਵੰਤ ਕੌਰ, ਕੀ ਮਾਮਲਾ ਹੈ? ਸਾਡੀ ਗਲੀ 'ਚ 6 ਨੰਬਰ ਗਲੀ 'ਚ ਬਲਰਾਜ ਨਗਰ 'ਚ ਕੋਈ ਜਗ੍ਹਾ ਦਾ ਉਹ ਹੈ ਮੈਟਲ, ਅਸੀਂ ਕਦੇ ਉਹ ਬੰਦੇ ਦੇਖੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਉਸ ਬੰਦਿਆਂ ਦਾ, ਸਮਝ ਆ ਗਈ। ਅਤੇ ਸਾਡੇ ਕੋਲ ਜਿਹੜੇ ਵੇਚ ਕੇ ਗਏ ਹੈ ਉਹ ਹੈਗੇ ਹੈ ਦੂਜੇ ਬੰਦੇ,
ਤੇ ਜਿਹੜੇ ਬੰਦੇ ਕਹਿੰਦੇ ਅਸੀਂ ਲਿਆ ਸਾਨੂੰ ਉਹਦਾ ਪਤਾ ਨੀ, ਜਿਹੜਾ ਬੰਦਾ ਪਾ ਰਿਹਾ ਉਹਨੂੰ 2 ਸਾਲ ਹੋ ਗਏ ਉੱਥੇ ਰਹਿੰਦੇ ਨੂੰ ਸਾਡੇ ਕੋਲੇ। ਅਸੀਂ ਉਸ ਮਸਲੇ 'ਚ ਆਏ ਸੀ ਸਾਰੇ ਜਣੇ, ਤੇ ਜਿਹੜੀ ਦੂਜੀ ਪਾਰਟੀ ਆਈ ਹੈ ਭਗਤੇ ਭੁਗਤੇ ਵਾਲੀ, ਉਹਨਾਂ ਦਾ ਇੱਕ ਬੰਦਾ ਉੱਠ ਕੇ ਕਹਿੰਦਾ ਕਿ ਲੰਡਰ ਜਨਾਨੀਆਂ ਇਹ ਐਂ ਉੱਠ ਕੇ ਆ ਜਾਂਦੀਆਂ, ਇਹ ਐਂ ਆ ਜਾਂਦੀਆਂ। ਹੁਣ ਤੁਸੀਂ ਐਂ ਦੇਖੋ ਵੀ ਅਸੀਂ ਲੰਡਰ ਆ। ਕਿਹੜੀ ਥਾਣਾ ਕਿਹੜਾ ਇਹ? ਇਹ ਵਰਧਮਾਨ। ਇਹ ਗੱਲਾਂ ਕਿਹਨੇ ਕਹੀਆਂ ਤੁਹਾਨੂੰ? ਇਹ ਉਸ ਬੰਦੇ ਨੇ ਕਹੀਆਂ, ਉਹ ਜਿਹੜਾ ਭਗਤੇ ਵਾਲਾ। ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ? ਪੁਲਿਸ ਨੂੰ ਪਤਾ ਹੀ ਹੈ ਸਾਰਾ, ਪੁਲਿਸ ਵਾਲੇ ਤਾਂ ਕਿੱਥੇ ਚੌਂਕੀ 'ਚ ਖੜੇ ਨੂੰ ਕੋਈ ਬੰਦਾ ਸਾਨੂੰ ਔਰਤ ਦਾ ਅਪਮਾਨ ਕਰੇ, ਕਿੱਥੋਂ ਦਾ ਇਨਸਾਫ ਹੈ? ਕੀ ਕਹਿ ਰਹੇ ਆ ਪੁਲਿਸ ਵਾਲੇ? ਹੁਣ ਪੁਲਿਸ ਵਾਲਿਆਂ ਨੇ ਤਾਂ ਕੀ ਕਹਿਣਾ ਹੈ? ਸਾਡੀ ਬੇਇੱਜ਼ਤੀ ਕਰਦੇ ਆ। ਹਾਂ, ਜੇ ਲੰਡਰਾਂ ਫੰਡਰਾਂ ਇਕੱਠੀਆਂ ਹੋ ਕੇ ਸਾਨੂੰ ਦੱਸ ਦੇ, ਸਾਨੂੰ ਕਿੱਥੇ ਇਨਸਾਫ ਮਿਲੂਗਾ? ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ, ਉਹ ਬੰਦਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਸਾਨੂੰ ਗਲਤ ਬੋਲਿਆ। ਬਸ ਜੀ, ਤੁਹਾਡਾ ਕੀ ਮਾਮਲਾ ਹੋਇਆ ਸੀ? ਸੁਖਵਿੰਦਰ ਸਿੰਘ ਤੋਂ ਜਗ੍ਹਾ ਮੁੱਲ ਕਾਨੂੰਨ ਕਮਰਾ ਬਣਾਇਆ ਸੀ ਪੁਰਾਣਾ, ਜੁੜ ਕੇ ਬਣਾਇਆ, ਹੁਣ ਉਹ ਨਵੇਂ ਉਹ ਖੜਾ ਹੋ ਗਿਆ ਅਤੇ ਪਹਿਲਾਂ ਮਹੀਨੇ ਦੀ ਜਗ੍ਹਾ ਬਣਾਉਣਾ ਤਾਂ ਪਈ। ਨਹੀਂ, ਧੱਕਾ ਕੀ ਹੋਇਆ ਤੁਹਾਡੇ ਨਾਲ? ਧੱਕਾ ਤਾਂ ਕਬਜ਼ਾ ਕਰਨ ਨੂੰ ਫਿਰਦੇ ਜੀ। ਕੌਣ? ਆਪਣੇ ਹਰਦੇਵ ਸਿੰਘ ਜੀ, ਚੇਅਰਮੈਨ ਹੈ ਫਸਟੇ ਦੇ। ਕਾਹਦੇ ਚੇਅਰਮੈਨ ਨੇ ਇਹ? ਪਤਾ ਨਹੀਂ ਹੈਗਾ, ਪੁਰਾਣੇ ਕੋਈ ਸਰਪੰਚ ਹੋਊਗਾ ਕੋਈ। ਤੁਸੀਂ ਜਗ੍ਹਾ ਖਰੀਦੀ ਸੀ ਇਹਨਾਂ ਤੋਂ? ਇਹਨਾਂ ਤੋਂ ਨਹੀਂ ਖਰੀਦੀ, ਇਹਨਾਂ ਦੇ ਬੰਦੇ ਹੀ ਆ, ਇਹਨਾਂ ਡਰਾਈਵਰ ਸੀ। ਫਿਰ ਅੱਜ ਕੀ ਹੋਇਆ? ਅੱਜ ਕੀ ਹੋਇਆ ਜੀ? ਅੱਜ ਤਾਂ ਇਹਨਾਂ ਨੇ ਦਰਖਾਸਤ ਦਿੱਤੀ ਨਾ ਆਪਣੇ ਤੇ, ਮਤਲਬ ਕੀ ਦਰਖਾਸਤ ਦਿੱਤੀ? ਇਹ ਸਾਡੀ ਜਗ੍ਹਾ ਸਾਡੀ ਹੈ ਇਹ। ਹਾਂ, ਅਸੀਂ ਮਕਾਨ ਬਣਾਇਆ ਵੀ ਆਪਾਂ, ਮਤਲਬ 1.5 ਸਾਲ ਹੋ ਗਿਆ ਮਕਾਨ ਬਣਾਇਆ, 3-4 ਮਹੀਨੇ ਮਤਲਬ ਬਣਾਉਣ 'ਤੇ ਲੱਗ ਗਏ, 1.5 ਸਾਲ ਹੋ ਗਏ ਜਗ੍ਹਾ। ਤੁਸੀਂ ਜਗ੍ਹਾ ਖਰੀਦੀ ਸੀ ਜੀ? ਹਾਂਜੀ। ਕਿੰਨੇ ਰੁਪਏ 'ਚ? ਅਸੀਂ 1,30,000। ਰਜਿਸਟਰੀ ਹੋ ਗਈ ਉਹਦੀ? 50,000 ਪ੍ਰਸ਼ਾਸਨ ਤੋਂ ਮੰਗਦਾ ਇਹੀ ਜੀ, ਹੁਣ ਆਪਣੀ ਜੋ ਜਗ੍ਹਾ ਆਪਾਂ ਬਣਾਈ ਬੈਠੇ ਆਪਾਂ ਬੈਠਣੇ ਹੀ ਰਹਿਣਾ ਜੀ। ਹੋਇਆ ਸੀਗਾ ਅੱਜ ਕੁਛ ਜੀ? ਹੁਣ ਮੈਨੂੰ ਮੈਂ ਕੁਛ ਨਹੀਂ ਬਾਈ ਚਾਹਦਾ, ਮੈਂ ਉੱਥੇ ਦੱਸਿਆ ਕੋਈ ਤੁਸੀਂ ਮਿਸਬਿਹੇਵ ਵੀ ਕੀਤਾ ਔਰਤਾਂ ਨਾਲ? ਇਹ ਗੱਲ ਸੁਣ ਲਓ ਜੀ, ਇਹ ਆਦੇ ਮੈਂ ਤੈਨੂੰ ਦੱਸ ਦਿੰਦਾ, ਇਹ ਆਦੇ ਵੀ ਸਾਡੀ ਵੀ ਜਗ੍ਹਾ ਲੈ ਲਓ, ਚੇਅਰਮੈਨ ਦਾ ਰੌਲਾ ਪਿਆ ਸੀ ਚੱਲ। ਮੈਂ ਕਿਹਾ ਜੀ ਕੀ ਲੋੜ, ਮੈਂ ਕਿਹਾ ਅੱਗੇ ਰੌਲਾ ਪਿਆ ਵਾ, ਆਹੀ ਗੱਲ ਹੋਈ ਹੈ। ਨਹੀਂ ਤੁਸੀਂ ਲੰਡਰ ਵਗੈਰਾ ਕੋਈ ਅਪਸ਼ਬਦ ਵੀ ਬੋਲੇ? ਆਪਾਂ ਕੋਈ ਲੰਡਰ ਨਹੀਂ ਬੋਲੇ, ਕੋਈ ਕੁਛ ਨਹੀਂ ਬੋਲੇ, ਆਪ ਹੀ ਬਣਾਈ ਜਾਂਦੀਆਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਿੰਦਰ। ਜੇ ਤੁਸੀਂ ਕੁਛ ਬੋਲੇ ਨਹੀਂ, ਮਾਫੀ ਕਾਹਦੀ ਮੰਗੀ ਸੀ? ਉਹ ਜਦੋਂ ਸਰਦਾਰਾਂ ਦਾ ਮੰਗ ਲਾ, ਹੁਣ ਇੱਥੇ ਪੁਲਿਸ ਚਾਂਕਲਾ ਅੰਦਰ ਕਰ ਦਿੰਦਾ, ਹੋਰ ਕਾਹਦੀ ਮੰਗਣੀ ਸੀ? ਹੁਣ ਆਪਦਾ ਪਿੰਡ ਨਹੀਂ, ਪਿੰਡ ਹੋਵੇ ਤਾਂ 4 ਬੰਦੇ ਘਰਾਂ ਦੇ ਆ ਜਾਂਦੇ। ਆਹੋ, ਜੀ ਅੱਜ ਮਾਮਲਾ ਨਹੀਂ, ਅੱਜ ਇੱਕ ਜਗ੍ਹਾ ਦਾ ਰੌਲਾ ਸੀ ਇੱਥੇ, ਦੋਵਾਂ ਪਾਰਟੀਆਂ ਬਣ ਗਈਆਂ ਸੀ ਇੱਥੇ ਜੀ, ਅੰਦਰ ਵਿੱਚ ਗੱਲਬਾਤ ਹੋ ਰਹੀ ਸੀ, ਬਾਹਰ ਆ ਕੇ ਜੋ ਕੁਛ ਬੋਲਿਆ ਸਾਨੂੰ ਪਤਾ ਨਹੀਂ ਵੀ ਸਾਡੇ ਕੋਈ ਧਿਆਨ ਸੀ ਜੀ, ਕੋਈ ਅਸੀਂ ਬਾਹਰ ਮਤਲਬ ਅਸੀਂ ਅੰਦਰ ਸੀ, ਇੱਕ ਬਾਹਰ ਤੋਂ ਗੱਲਬਾਤ ਹੋਈ ਹੈ ਸਾਨੂੰ ਨਹੀਂ ਪਤਾ। ਨਹੀਂ, ਇੰਨਾ ਹੰਗਾਮਾ ਹੋਇਆ, ਇੰਨੇ ਬੰਦੇ ਇਕੱਠੇ ਹੋਏ, ਤੁਹਾਨੂੰ ਪਤਾ ਨਹੀਂ ਲੱਗਿਆ? ਇਹ ਕੰਮ ਉਸ ਕਰਕੇ ਨਹੀਂ ਹੋਇਆ ਜਿਹੜਾ ਉਸ ਕਰਕੇ ਸੀ, ਇਹ ਤਾਂ ਸਿਰਫ ਇੱਕ ਜਗ੍ਹਾ ਦਾ ਰੌਲਾ ਸੀ, ਉਸ ਕਰਕੇ ਹੋਇਆ। ਇੱਕ ਬਜ਼ੁਰਗ ਨੇ ਲੇਡੀ ਨਾਲ ਮਿਸਬਿਹੇਵ ਕੀਤਾ ਥਾਣੇ 'ਚ, ਤੁਹਾਡੇ ਵੱਲੋਂ ਕੀ ਐਕਸ਼ਨ ਲਿਆ? ਨਹੀਂ, ਮਿਸਬਿਹੇਵ ਉਹਨਾਂ ਨੇ ਸੋਰੀ ਮੰਗ ਲਈ, ਉਹ ਬਜ਼ੁਰਗ ਸੀ, ਅਸੀਂ ਸਾਲ ਤੋਂ ਉੱਪਰ ਆਓ, ਉਹ ਕਹਿੰਦੇ ਵੀ ਮੈਂ ਹੋਸ ਦਾ ਮੈਥੋਂ ਬੋਲਿਆ ਤਾਂ ਜੇ ਬਜ਼ੁਰਗ ਸੀ ਰਾਈਟ ਹੁੰਦਾ ਸਰ, ਬਜ਼ੁਰਗ ਨੂੰ ਗਲਤ ਨਹੀਂ ਮੰਨ, ਉਹ ਤਾਂ ਗਲਤ ਸੀ, ਉਹ ਤਾਂ ਗਲਤ ਕਹਿੰਦੇ ਸੀ, ਪਰ ਉਹਨਾਂ ਦੀ ਤਸੱਲੀ ਹੋ ਗਈ, ਉਹ ਕਹਿੰਦੇ ਸਰ ਠੀਕ ਹੈ। ਮਾਮਲਾ ਕੀ ਹੈ ਜੀ? ਮਾਮਲਾ ਇਹਨਾਂ ਦਾ ਕੁਛ ਨਹੀਂ ਸੀ, ਕੋਈ ਜਗ੍ਹਾ ਦਾ ਰੌਲਾ ਸੀ, ਦੋਵੇਂ ਪਾਰਟੀਆਂ ਉੱਥੇ ਹਾਜ਼ਰ ਰਹੀਆਂ ਸੀ, ਇਸ ਕਰਕੇ ਦੋਵਾਂ ਤਲਬ ਕਰਕੇ ਉੱਥੇ ਮਰੋਂ ਖੁਸ਼ ਕੇ ਸਵਾਰੇ ਸੀ, ਉਹ ਬਾਹਰ ਸਾਡੇ ਦਫ਼ਤਰ ਨਹੀਂ ਤਾਂ ਬਾਹਰ ਆ ਕੇ ਬੋਲੇ ਤਾਂ ਬਾਹਰ ਆ ਕੇ। ਹਾਂਜੀ, ਹੁਣ ਕੀ ਨਾਮ ਹੈ ਜਿਨ੍ਹਾਂ ਦਾ ਮਾਮਲਾ ਮੈਟਰ ਹੋਇਆ, ਕੀ ਨਾਮ ਹੈ ਉਹਨਾਂ ਦਾ? ਕਿਹਨਾਂ ਦਾ ਜੀ? ਜਿਨ੍ਹਾਂ ਨੇ ਆਏ ਆ ਤੁਹਾਡੇ ਥਾਣੇ 'ਚ, ਉਹਨਾਂ ਦਾ ਨਾਂ ਕੀ ਹੈ ਜੀ? ਉਹਨਾਂ ਦਾ ਕੋਈ ਜਗ੍ਹਾ ਰੌਲਾ ਸ਼ਾਸ ਨਹੀਂ, ਦੋਵੇਂ ਪਾਰਟੀ। ਤੁਹਾਨੂੰ ਨਾਂ ਨਹੀਂ ਪਤਾ ਜੀ ਪਾਰਟੀ ਦਾ? ਦਰਖਾਸਤ ਨਾਂ ਲਿਖੇ ਉਹਨਾਂ ਦੀ, ਦਰਖਾਸਤ ਨਾਂ ਲਿਖੇ।
ਤੁਹਾਨੂੰ ਨਹੀਂ ਪਤਾ ਜੀ? ਹੈਗਾ ਪਤਾ, ਮੈਨੂੰ ਦਰਖਾਸਤ ਵੇਖ ਲਓ, ਮੈਂ ਹੁਣ ਥੋੜ੍ਹੇ ਬਾਹਰ ਜਾ ਰਿਹਾ ਸੀ। ਕਿੱਧਰ ਜਾ ਰਹੇ ਹੋ ਸਰ? ਹੁਣ ਮੈਂ ਡਿਊਟੀ 'ਚ ਬਾਹਰ ਜਾ ਰਿਹਾ। ਬਠਿੰਡਾ ਤੋਂ ਕੈਮਰਾਮੈਨ ਰਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।